ਪੀ ਸਿੰਘ ਬਿੱਟੂ ਦੇ ਬਿਆਨ ਤੋਂ ਬਾਅਦ ਹੁਣ ਕਾਂਗਰਸ ਸੇਵਾ ਦਲ ਦੇ ਵੱਲੋਂ ਬੀਜੇਪੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਦੱਸ ਦਈਏ ਕਿ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਸੇਵਾ ਦਲ ਜਿਨ੍ਹਾਂ ਦਾ ਕਹਿਣਾ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ਼ ਬਿਆਨਬਾਜ਼ੀ ਕੀਤੀ ਗਈ ਹੈ ਕਿ ਰਾਹੁਲ ਗਾਂਧੀ ਉਗਰਵਾਦੀ ਨੇ, ਜੋ ਕਿ ਸਰਾਸਰ ਗਲਤ ਹੈ, ਅਤੇ ਰਵਨੀਤ ਸਿੰਘ ਬਿੱਟੂ ਨੂੰ MP ਅਤੇ ਉਸਦੇ ਦਾਦਾ ਬੇਅੰਤ ਸਿੰਘ ਨੂੰ ਮੰਤਰੀ ਬਣਾਉਣ ਵਾਲੀ ਕਾਂਗਰਸ ਹੀ ਹੈ, ਪਰ ਬੀਜੇਪੀ RSS ਦੇ ਪਿੱਛੇ ਲੱਗ ਕੇ ਉਹ ਗਲਤ ਬਿਆਨਬਾਜ਼ੀ ਕਰ ਰਹੇ ਨੇ, ਜੋ ਕਿ ਬੇਹੱਦ ਮੰਦਭਾਗ ਹੈ। ਅਤੇ ਉੱਧਰ ਹੀ ਕੇਂਦਰ ਸਰਕਾਰ ਨੂੰ ਰਵਨੀਤ ਬਿੱਟੂ ਦੇ ਕੋਲੋਂ ਅਸਤੀਫਾ ਲੈਣਾ ਚਾਹੀਦਾ ਹੈ, ਇਹ ਗੱਲ ਵੀ ਉਹਨਾਂ ਆਖੀ ਹੈ, ਕਿਉਂਕਿ ਕਾਨੂੰਨੀ ਕਾਰਵਾਈ ਇਸ 'ਤੇ ਹੋਣ ਦੀ ਉਹ ਮੰਗ ਕਰ ਰਹੇ ਨੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਪੱਧਰ 'ਤੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ, ਅਤੇ ਰਵਨੀਤ ਸਿੰਘ ਬਿੱਟੂ ਨੇ ਜਿਸ ਥਾਲੀ ਦੇ ਵਿੱਚ ਖਾਧਾ ਉਸੇ ਦੇ ਵਿੱਚ ਹੁਣ ਛੇਦ ਕਰ ਰਹੇ ਨੇ। ਅੱਜ ਦੇਖੋ ਸਾਡਾ ਜਿਹੜਾ ਇਹ ਦੌਰਾ ਆ, ਇਹ ਜਿਹੜਾ ਸਾਡੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ ਆਸ਼ੀਸ਼ ਅਵਸਥੀ ਜੀ, ਉਹਨਾਂ ਨਾਲ ਸਮੁੱਚੀ ਕਾਂਗਰਸ ਸੇਵਾ ਦਲ ਦੀ ਸਟੇਟ ਬਾਡੀ ਔਰ ਸਾਰੇ ਜ਼ਿਲ੍ਹਾ ਪ੍ਰਧਾਨ ਇੱਥੇ ਆਏ ਆ। ਸਾਡੇ ਵਾਈਸ ਪ੍ਰਧਾਨ ਯੋਗਰਾਜ ਸ਼ਰਮਾ ਜੀ, ਜਨਰਲ ਸੈਕਟਰੀ ਮੋਨਿਕਾ ਜੀ, ਉਹਨਾਂ ਦੇ ਨਾਲ ਸਾਰੇ ਜ਼ਿਲ੍ਹਾ ਪ੍ਰਧਾਨ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਆ ਔਰ ਸਾਰੀ ਸਟੇਟ ਬਾਡੀ ਅੱਜ ਇੱਥੇ ਸਾਡੇ ਨਾਲ ਆਈ ਹੋਈ ਹੈ। ਸਾਰਿਆਂ ਦਾ ਅੱਜ ਇੱਥੇ ਸਾਡੇ ਆਉਣ ਦਾ ਮਕਸਦ ਇਹ ਸੀਗਾ ਕਿ ਰਵਨੀਤ ਬਿੱਟੂ ਨੇ ਜਿਹੜੀ ਇੱਕ ਸ਼ਬਦਾਵਲੀ ਯੂਜ਼ ਕੀਤੀ ਹੈ ਰਾਹੁਲ ਗਾਂਧੀ ਜੀ ਦੇ ਪ੍ਰਤੀ, ਔਰ ਉਹਨਾਂ ਨੂੰ ਇੱਕ ਵੱਖਵਾਦੀ ਸੋਚ ਔਰ ਅੱਤਵਾਦੀ ਤੱਕ ਉਹਨਾਂ ਨੂੰ ਕਿਹਾ, ਔਰ ਇਹੋ ਜਿਹੀ ਸ਼ਬਦਾਵਲੀ ਇਕੱਲੇ ਰਵਨੀਤ ਬਿੱਟੂ ਨੇ ਨਹੀਂ, ਇਹਨਾਂ ਦਾ ਇੱਕ ਕੇਂਦਰੀ ਮੰਤਰੀ ਹੋਰ ਵੀ ਹੈ ਜਿਹਨੇ ਕਿਹਾ ਕਿ ਰਾਹੁਲ ਗਾਂਧੀ ਜੀ ਦੀ ਇੰਨਾ, ਮੈਂ ਸ਼ਬਦ ਮੈਨੂੰ ਕਹਿਣ ਲੱਗਿਆ ਮੈਨੂੰ ਉਹਦੇ 'ਚ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ, ਇਹੋ ਜਿਹੇ ਸ਼ਬਦ ਬੋਲੇ ਹੈ ਜਿਹੜੇ ਕਿ ਇੱਕ ਸੰਵਿਧਾਨਿਕ ਪਦ ਦੇ ਉੱਤੇ ਬੈਠਾ ਵਿਅਕਤੀ ਨਹੀਂ ਬੋਲ ਸਕਦਾ। ਸੋ ਅੱਜ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰਨ ਲਈ ਆਏ ਹਾਂ, ਕਿਉਂਕਿ ਅੱਜ ਜਿਹੜੀ ਰਵਨੀਤ ਬਿੱਟੂ ਜੋ ਬੋਲੀ ਬੋਲ ਰਿਹਾ ਉਹ ਰਵਨੀਤ ਬਿੱਟੂ ਦੀ ਨਹੀਂ ਹੈ, ਉਹ ਭਾਰਤੀ ਜਨਤਾ ਪਾਰਟੀ ਦੀ RSS ਦੀ ਬੋਲੀ ਹੈ, ਕਿਉਂਕਿ RSS ਦਾ ਕੰਮ ਹੈ ਦੇਸ਼ ਨੂੰ ਵੰਡਣਾ, ਵੰਡ ਕੇ ਰਾਜ ਕਰਨਾ। ਇਸੇ ਕਰਕੇ ਕਾਂਗਰਸ ਸੇਵਾ ਦਲ ਨੇ ਨਾਰਾ ਦਿੱਤਾ ਹੈ ਕਿ ਪਹਿਲੇ ਲੜੇ ਥੇ ਗੋਰੋਂ ਸੇ, ਅਬ ਲੜੇਂਗੇ ਚੋਰੋਂ ਸੇ। ਗੋਰੇ ਇੱਥੋਂ ਚਲੇ ਗਏ ਆ, ਇਹ ਚੋਰ ਬੈਠ ਗਏ ਆ ਦੇਸ਼ ਦੀ ਸੱਤਾ ਦੇ ਉੱਤੇ, ਇਹ ਦੇਸ਼ ਨੂੰ ਵੰਡ ਕੇ ਤੋੜ ਕੇ ਰਾਜ ਕਰ ਰਹੇ ਆ, ਔਰ ਰਵਨੀਤ ਬਿੱਟੂ ਨੂੰ ਇੱਕ ਇਹੋ ਜਿਹੇ ਮੌਕੇ 'ਤੇ ਇਹਨਾਂ ਨੇ ਇੱਕ ਤਰ੍ਹਾਂ ਦਾ ਸਮਝ ਲਓ ਹਾਈਜੈਕ ਕੀਤਾ ਆ ਸਾਡੇ ਪਾਰਟੀ ਦੇ ਵਿੱਚੋਂ। ਅੱਜ ਪੂਰੇ ਪੰਜਾਬ ਦੇ ਬੀਜੇਪੀ ਦਫ਼ਤਰ ਕਿਹੜੇ ਗਏ ਆ? ਅੱਜ ਪੰਜਾਬ ਦੇ ਦਫ਼ਤਰਾਂ ਵਿੱਚ ਤਾਂ ਪਿਛਲੇ 8 ਦਿਨ ਤੋਂ ਇਹ ਚੱਲ ਰਿਹਾ ਜੀ। ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਹੋਇਆ, ਜਲੰਧਰ 'ਚ ਹੋਇਆ, ਪਠਾਨਕੋਟ ਦੇ ਵਿੱਚ ਹੋਇਆ, ਕਪੂਰਥਲਾ 'ਚ ਹੋਇਆ, ਹੋਰ ਵੱਖ ਵੱਖ ਸ਼ਹਿਰਾਂ ਦੇ ਵਿੱਚ, ਬਠਿੰਡੇ 'ਚ ਵੀ ਹੋਇਆ। ਅੱਜ ਲੁਧਿਆਣੇ ਦੇ ਵਿੱਚ ਅਸੀਂ ਇਹ ਸਾਰੇ ਇਸ ਕਰਕੇ ਇਕੱਠੇ ਹੋਏ ਸੀ ਕਿ ਅੱਜ ਇੱਥੇ ਅਸੀਂ BJP ਦੇ ਦਫ਼ਤਰ ਦਾ ਇੱਥੇ ਘਿਰਾਓ ਕਰਾਂਗੇ, ਔਰ ਰਵਨੀਤ ਬਿੱਟੂ ਨੂੰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨਾਂ ਤੋਂ ਅਸੀਂ ਮੰਗ ਕਰਦੇ ਹਾਂ ਕਿ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਪਦ ਤੋਂ ਅਸਤੀਫਾ ਦਿੱਤਾ ਜਾਵੇ, ਔਰ ਇਸ ਬੰਦੇ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਜਿਹੜੀ ਭਾਜਪਾ ਦੀ ਜਿਹੜੀ ਇਹ ਰਾਜ ਜਿਹੜਾ ਇਹ ਕਰ ਰਹੇ ਆ, ਇਹ ਬਿਲਕੁਲ ਕਦੇ ਹਿੰਦੂਆਂ ਦੇ ਨਾਂ 'ਤੇ, ਮੁਸਲਮਾਨਾਂ ਦੇ ਨਾਂ 'ਤੇ ਅੱਜ ਤੱਕ 10 ਸਾਲਾਂ ਦੇ ਵਿੱਚ ਸਿਵਾਏ ਲੋਕਾਂ ਨੂੰ ਵੰਡਣ, ਤੋੜਨ ਔਰ ਦੇਸ਼ ਨੂੰ ਹਿੰਸਾ ਦੇ ਵਿੱਚ ਝੋਕਣ ਤੋਂ ਇਲਾਵਾ ਕੁਛ ਨਹੀਂ ਕੀਤਾ, ਉਹਦਾ ਹੀ ਹਿੱਸਾ ਹੈ ਰਵਨੀਤ ਬਿੱਟੂ ਅੱਜ ਕਰ ਰਿਹਾ, ਜਿਹਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ। ਅੱਜ ਜੋ ਪੰਜਾਬ ਦਾ ਛੱਡੋ ਹਿੰਦੁਸਤਾਨ 'ਚ ਜਿਹੜਾ ਮਾਹੌਲ ਖਰਾਬ ਕਰਨ ਲੱਗ ਗਈ ਹੈ ਸਰਕਾਰ, ਉਹਦੇ ਖਿਲਾਫ਼ ਕਾਂਗਰਸ ਸੇਵਾ ਦਲ ਨੇ ਆਹ ਪ੍ਰਦਰਸ਼ਨ ਰੱਖਿਆ ਸੀ। ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਆਸ਼ੀਸ਼ ਅਵਸਥੀ ਜੀ, ਉਹਨਾਂ ਨੇ ਇਸ ਚੀਜ਼ ਨੂੰ, ਪ੍ਰੋਗਰਾਮ ਨੂੰ ਔਰਗਨਾਈਜ਼ ਕੀਤਾ। ਸਾਰੇ ਸੇਵਾ ਦਲ ਦੇ ਸਟੇਟ ਪ੍ਰਧਾਨ, ਸਾਰੇ ਸਟੇਟ ਦੇ ਆਫਿਸ ਬੇਰਰ, ਸੀਨੀਅਰ ਜਿਹੜੇ ਨੇ ਆਫਿਸ ਇੰਚਾਰਜ ਸਾਹਿਬਾਨ, ਸਾਰੇ ਇੱਥੇ ਆਏ ਨੇ। ਇਹਦਾ ਸਿਰਫ ਮਤਲਬ ਇਹ ਸੀਗਾ ਕਿ ਇੱਕ ਮਾਹੌਲ ਕੋਈ ਖਰਾਬ ਕਰਨਾ ਕਿਸੇ ਦਾ ਮਕਸਦ ਨਹੀਂ, ਇਹ ਮੈਸੇਜ ਦਿੱਤਾ ਜਾਏ ਵੀ ਜਿਹੜੀ ਗਲਤ ਟਿੱਕਾ ਟਿੱਪਣੀਆਂ ਨੇ ਇਹਨੂੰ ਅਵੋਇਡ ਕਰਨਾ ਚਾਹੀਦਾ। ਕੇਂਦਰੀ ਮੰਤਰੀ ਬੜੀ ਜ਼ਿੰਮੇਵਾਰ ਅਹੁਦਾ ਹੁੰਦਾ, ਤੁਸੀਂ ਕੱਲ੍ਹ ਤੱਕ ਕਾਂਗਰਸ 'ਚ ਸੀ, ਕਾਂਗਰਸ ਦੇ ਵਿੱਚੋਂ ਗਏ ਹੋ, ਤੁਸੀਂ ਇੰਨੇ ਸਾਲ ਜ਼ਿੰਦਗੀ ਦੇ, ਤੁਹਾਡੇ ਪਰਿਵਾਰ ਨੇ, ਤੁਹਾਡੇ ਦਾਦਾ ਜੀ ਨੇ, ਤੁਹਾਡੇ ਸਾਰਿਆਂ ਨੇ ਇੱਥੇ ਕਾਂਗਰਸ ਦੇ ਵਿੱਚ, ਤੁਹਾਡੇ ਭਰਾ ਭਤੀਜੇ ਅੱਜ ਵੀ ਕਾਂਗਰਸ 'ਚ ਨੇ, ਅਤੇ ਇੱਕਦਮ ਰਾਤੋਂ ਰਾਤ ਜਿਵੇਂ ਚਾਬੀ ਦੇ ਕੇ ਛੱਡਿਆ ਹੁੰਦਾ, ਐਂ ਹਾਈਕਮਾਂਡ ਦਾ ਖਿਡੌਣਾ ਬਣ ਕੇ, BJP ਹਾਈਕਮਾਂਡ ਦਾ,
ਹੱਥ ਠੋਕਾ ਬਣ ਕੇ ਬਿਆਨ ਨਹੀਂ ਦੇਣੇ ਚਾਹੀਦੇ। ਇਹ ਬਹੁਤ ਹੀ ਮੰਦਭਾਗੀ ਹੈ। ਉਸੇ ਰਾਹੁਲ ਗਾਂਧੀ ਨੇ ਸਾਰਾ ਕੁਝ ਦਿੱਤਾ, ਉਹੀ ਰਾਹੁਲ ਗਾਂਧੀ ਕਰਕੇ ਤੁਸੀਂ 3 ਵਾਰੀ ਮੈਂਬਰ ਪਾਰਲੀਮੈਂਟ ਬਣੇ, ਯੂਥ ਕਾਂਗਰਸ ਦੇ ਪ੍ਰਧਾਨ ਬਣੇ। ਉਦੋਂ ਤਾਂ ਕਹਿੰਦੇ ਸੀ ਮੈਂ ਪੱਗ ਵੀ ਇਹ ਰਾਹੁਲ ਗਾਂਧੀ ਕਰਕੇ ਬੰਨਣੀ ਸ਼ੁਰੂ ਕੀਤੀ ਹੈ, ਅਤੇ ਅੱਜ ਉਸ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣਾ, ਇਹੋ ਜਿਹੀ ਭਾਸ਼ਾ ਵਰਤਣੀ, ਇਹ ਮੈਂ ਸਮਝਦਾ ਵੀ ਬਹੁਤ ਵੱਡਾ ਏਜੰਡਾ ਬੀਜੇਪੀ ਹਾਈਕਮਾਂਡ ਜਾਣ ਕੇ ਬਿੱਟੂ ਉਹਨਾਂ ਦੇ ਮੋਢੇ 'ਤੇ ਬੰਦੂਕ ਰੱਖ ਕੇ ਚਲਾ ਰਹੀ ਹੈ। ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇਹਨਾਂ ਦਾ ਪਰਿਵਾਰਕ ਪਿਛੋਕੜ ਕੀ ਹੈ, ਅਤੇ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਸਿੰਘ ਬਿੱਟੂ ਜੋ ਕਿ ਕਾਂਗਰਸ ਦੀ ਦੇਣ ਹੈ, 27 ਸਾਲ ਦੀ ਉਮਰ ਵਿੱਚ ਪਹਿਲਾ ਮੈਂਬਰ ਪਾਰਲੀਮੈਂਟ ਬਣਾਉਣਾ, ਮੈਂ ਅੱਜ 37 ਸਾਲ ਦੀ ਉਮਰ 'ਚ ਖੜ੍ਹਾ, ਜ਼ਿਲ੍ਹਾ ਪ੍ਰਧਾਨ ਹਾਂ। ਜੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਤਾਂ ਖਾਲੀ ਕਾਂਗਰਸ ਸਰਕਾਰ ਨੇ ਇਹਨਾਂ ਨੂੰ ਬਣਾਇਆ। ਰਵਨੀਤ ਬਿੱਟੂ ਨੂੰ ਕਾਂਗਰਸ ਦੀ ਬਹੁਤ ਵੱਡੀ ਦੇਣ ਹੈ। ਪਹਿਲੀ ਵਾਰ ਅਨੰਦਪੁਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ, 2 ਵਾਰੀ ਲੁਧਿਆਣਾ ਤੋਂ ਮੈਂਬਰ ਆਫ ਪਾਰਲੀਮੈਂਟ। ਲੱਖ ਲਾਂਤ ਇਹੋ ਜੀ, ਕਹਿੰਦੇ ਉੱਚਾ ਬੋਲਣਾ ਬੋਲੀਏ ਕਰਤਾਰੋ ਡਰੀਏ, ਪਰ ਬੋਲ ਬੋਲਣ ਤੋਂ ਪਹਿਲਾਂ ਅੱਜ ਇਹ ਸਾਡੇ ਰਾਹੁਲ ਗਾਂਧੀ ਜੀ ਨੂੰ ਮਾਣਯੋਗ ਜੋ ਸਾਡੇ ਪ੍ਰਧਾਨ ਨੇ, ਉਹਨਾਂ ਨੂੰ ਇਹ ਟਿੱਪਣਾ ਕਰਦੇ ਆ ਕਿ ਉਗਰਵਾਦੀ ਆ। ਉਹ ਉਗਰਵਾਦੀ ਪਰਿਵਾਰ ਕਹਿਣਾ ਬੜਾ ਸੌਖਾ, ਤੁਸੀਂ ਤੁਹਾਡੇ ਦਾਦਾ ਜੀ ਜੋ ਕਿ ਸਰਦਾਰ ਬੇਅੰਤ ਸਿੰਘ ਸ਼ਹੀਦ ਹੋਏ ਨੇ, ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਕਾਂਗਰਸ ਸਰਕਾਰ, ਤੈਨੂੰ 3 ਵਾਰੀ ਮੈਂਬਰ ਪਾਰਲੀਮੈਂਟ ਬਣਾਉਣ ਵਾਲੀ ਕਾਂਗਰਸ ਸਰਕਾਰ ਅੱਜ ਤੇਰੇ ਮੋਢੇ 'ਤੇ ਰੱਖ ਕੇ ਚਲਾਈ ਜਾ ਰਹੇ ਆ, ਤਾਂ ਤੂੰ ਬੇਵਕੂਫ ਬਣਿਆ। ਕਹਿੰਦੇ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ, ਉਹ ਕੰਮ ਅੱਜ ਰਵਨੀਤ ਸਿੰਘ ਬਿੱਟੂ ਦਾ ਹੋਇਆ। ਅਸੀਂ ਸਾਰੀ ਸੇਵਾ ਦਲ ਅਤੇ JBM ਨੇ ਮਿਲ ਕੇ ਅੱਜ ਪ੍ਰੋਗਰਾਮ ਔਰਗਨਾਈਜ਼ ਕੀਤਾ ਸੀ ਕਿ ਰਵਨੀਤ ਬਿੱਟੂ ਅਸਤੀਫਾ ਦੇਵੇ। ਇਹ ਤਾਂ ਅੱਜ ਪਹਿਲਾਂ ਅਸੀਂ ਇਹਨਾਂ ਦਾ ਘਰਾ ਕੀਤਾ, ਇਸ ਤੋਂ ਬਾਅਦ ਅਸੀਂ ਰਵਨੀਤ ਸਿੰਘ ਬਿੱਟੂ ਨੂੰ ਜੀ, ਰਵਨੀਤ ਸਿੰਘ ਬਿੱਟੂ ਨੂੰ ਕਹਿ ਰਿਹਾ, ਮੈਂ ਸ਼ਰੇਆਮ ਕਹਿ ਰਿਹਾ ਜੀ। ਦੇਖੋ ਜੀ, ਕਾਂਗਰਸ ਪਾਰਟੀ ਦੀ ਦੇਣ ਹੈ ਮੈਂਬਰ ਆਫ ਪਾਰਲੀਮੈਂਟ। ਮੈਂਬਰ ਆਫ ਪਾਰਲੀਮੈਂਟ ਕਿੱਡੀ ਵੱਡਾ ਜੀਓ ਰੈਂਕ ਦਾ ਇੱਕ ਆਪਣਾ ਡੈਜੀਨੇਸ਼ਨ ਆ। ਜੇ ਆਪਾਂ ਨੂੰ ਕਿਸੇ ਨੇ ਦੇਣ ਦਿੱਤੀ ਹੋਵੇ, ਕਹਿੰਦੇ ਕਿਸੇ ਦੀ ਥਾਲੀ 'ਚ ਖਾਧਾ ਹੋਵੇ ਉਹਨੂੰ ਛੇਤ ਨਾ ਕਰੀਏ, ਤਾਂ ਸਾਰੀਆਂ ਥਾਲੀਆਂ 'ਤੇ ਛੇਤ ਕਰ ਗਿਆ। ਇਹਦੇ 'ਤੇ ਲੱਖ ਲਾਂਤ ਇਹੋ ਜਿਹੇ, ਬੀਜੇਪੀ ਦਫ਼ਤਰ ਘੇਰਿਆ। ਬਿਲਕੁਲ, ਅੱਜ ਬੀਜੇਪੀ ਦਫ਼ਤਰ ਘੇਰਿਆ ਤਾਂ ਸ਼ੁਰੂਆਤ ਆ। ਅੱਗੇ ਅੱਗੇ ਵੱਡੇ ਵੀਰ ਦੇਖੋ ਕੀ ਹੁੰਦਾ।